ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹੋ ਜਾਓ ਸਾਵਧਾਨ ਸਰਕਾਰ ਨੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਰੈਸਟੋਰੈਂਟਾਂ ਦੇ ਲਈ ਕਰਤਾ ਇਹ ਹੁਕਮ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਹੈ ਉਹ ਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਹਾਂਜੀ ਹੁਣ ਵੱਡਾ ਝਟਕਾ ਦੇਣ ਦੀ ਤਿਆਰੀ ਕੀਤੀ ਗਈ ਹੈ ਦਰਸਲ ਸਰਕਾਰਾਂ ਦੇ ਵੱਲੋਂ ਹੁਣ ਰੈਸਟੋਰੈਂਟ ਦੇ ਵਿੱਚ ਲੱਕੜੀ ਤੇ ਕੋਲੇ ਦੀ ਵਰਤੋਂ ਬੰਦ ਕਰ ਦਿੱਤੀ ਗਈ ਜਿਸ ਦੇ ਚਲਦੋਂ ਰੈਸਟੋਰੈਂਟ ਦੇ ਵਿੱਚ ਕਾਫੀ ਕੰਮ ਪ੍ਰਭਾਵਿਤ ਹੋਣ ਵਾਲਾ ਹੈ ਇਸ ਪ੍ਰਮਾਨ ਤੋਂ ਬਾਅਦ ਹੁਣ ਰੈਸਟੋਰੈਂਟਾਂ ਦੇ ਮਾਲਕ ਮੁਸ਼ਕਲਾਂ ਵਾਹ ਸਕਦੇ ਹਨ ਦਰਸਲ ਇਹ ਪ੍ਰਮਾਨ ਦਿੱਲੀ ਦੇ ਰੈਸਟੋਰੈਂਟ ਵਿੱਚ ਲਾਗੂ ਕੀਤਾ ਜਾਏਗਾ ਗ੍ਰੇਡਰ ਰਿਸਪੌਂਸ ਐਕਸ਼ਨਸ ਪਲਾਨ ਨੂੰ ਲਾਗੂ ਕਰਨ ਦੇ ਲਈ ਇਸਟਰਨ ਕਾਪਰੇਸ਼ਨ ਵੱਲੋਂ ਇਹ ਆਦੇਸ਼ ਜਾਰੀ ਕਰਕੇ ਹੁਣ ਰੈਸਟੋਰੈਂਟ ਸਟਾਫ ਦੇ ਮੁਸ਼ਕਲਾਂ ਵਦੋਂ ਦਾ ਕੰਮ ਕੀਤਾ ਗਿਆ ਇਹ ਫੈਸਲਾ ਦਿੱਲੀ ਦੇ ਵਾਧਰੇ ਪ੍ਰੋਡਿਊਸ਼ਨ ਨੂੰ ਲੈ ਕੇ ਕੀਤਾ ਗਿਆ ਹੈ ਜਿਸ ਦੇ ਚਲਦੇ ਪੂਰਬੀ ਨਗਰ ਨਿਗਮ ਵੀ ਐਕਸ਼ਨ ਮੋਡ ਦੇ ਵਿੱਚ ਹੈ ਤੇ ਉਹਨਾਂ ਵੱਲੋਂ ਰੈਸਟੋਰਨ ਦੇ ਵਿੱਚ ਸਾੜਨ ਲਈ ਲੱਕੜੀ ਜਾਂ ਫਿਰ ਕੋਲੇ ਦੀ ਵਰਤੋਂ ਤੇ ਪੂਰਨ ਦੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪੂਰਬੀ ਨਿਗਮ ਵੱਲੋਂ ਜਾਰੀ ਕੀਤੇ ਗਏ ਤੰਦੂਰ ਨੂੰ ਲੈ ਕੇ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਫਰਮਾਨ ਨੂੰ ਸੁਨੋਨ ਦਾ ਮੁੱਖ ਮਕਸਦ ਦਿੱਲੀ ਦੇ ਵਿੱਚ ਵਾਧਰੇ ਪ੍ਰਦੂਸ਼ਨ ਨੂੰ ਰੋਕਣਾ ਹੈ ਜੇ ਕਰਿਆ ਕਿ ਦਿੱਲੀ ਦੇ ਪੂਰਬੀ ਨਗਰ ਨਿਗਮ ਨੇ ਪਟ્રોલ ਦੇ ਇਸ ਸਬੰਧੀ ਜਾਣਕਾਰੀ ਸਾਂਝੀ ਕਾਰਦਿਆਂ ਦੱਸਿਆ ਕਿ ਕੋਈ ਵੀ ਤੰਦੂ ਰੈਸਟ ਉਨ ਦੇ ਲਾਇਸੈਂਸ ਪ੍ਰਾਪਤ ਭਰੀ ਪਰਸਿਸ ਦੇ ਬਾਹਰ ਸੰਸਾਰਿਤ ਨਹੀਂ ਹੋਣਾ ਚਾਹੀਦਾ ਇਸ ਲਈ ਉਹਨਾਂ ਨੇ ਕੂੜਾ ਸੁੱਟਣ ਦੇ ਖੁੱਲੇ ਦੇ ਵਿੱਚ ਸਾੜਨ ਤੇ ਵੀ ਸਖਤੀ ਵਰਤੇ ਹੋਏ ਸਖਤ ਆਦੇਸ਼ ਚਾਲੀ ਕੀਤਾ ਹੈ ਖਬਰ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ